ਹਸਪਤਾਲ ਦੇ ਵਿੱਚ ਦਾਖਲ ਆਪਣੇ ਰਿਸ਼ਤੇਦਾਰ ਨੂੰ ਰੋਟੀ ਦੇਣ ਜਾ ਰਹੇ ਇੱਕ ਸ਼ਖਸ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤਾਂ ਟਰੱਕ ਅਤੇ ਬਾਈਕ ਦੀ ਜ਼ਬਰਦਸਤ ਟੱਕਰ ਹੋਈ ਜਿਸ ਦੇ ਵਿੱਚ ਬਾਈਕ ਸਵਾਰ ਦੇ ਸਿਰ ਦੇ ਉੱਪਰੋਂ ਹੀ ਇਹ ਟਰੱਕ ਨਿਕਲ ਜਾਂਦਾ ਜਿਸ ਦੇ ਕਾਰਨ ਕਿਹਾ ਜਾ ਰਿਹਾ ਹੈ ਕਿ ਵਿਅਕਤੀ ਦੀ ਮੌਤ ਹੋ ਗਈ ਹੈ। ਹਾਲਾਂਕਿ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇਹ ਸ਼ਖਸ ਆਪਣੇ ਕਿਸੇ ਰਿਸ਼ਤੇਦਾਰ ਨੂੰ ਜੋ ਕਿ ਹਸਪਤਾਲ ਦੇ ਵਿੱਚ ਦਾਖਲ ਸੀ ਉਸ ਨੂੰ ਰੋਟੀ ਦੇਣ ਜਾ ਰਿਹਾ ਸੀ ਪਰ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨੇ ਉਸ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਬਠਿੰਡਾ ਤੋਂ ਇਹ ਦਰਦਨਾਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਹਸਪਤਾਲ ਦੇ ਵਿੱਚ ਆਪਣੇ ਰਿਸ਼ਤੇਦਾਰ ਨੂੰ ਰੋਟੀ ਦੇਣ ਜਾ ਰਹੇ ਇੱਕ ਸ਼ਖਸ ਦੀ ਮੌਤ ਹੋ ਗਈ। ਫਿਲਹਾਲ ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਬਠਿੰਡਾ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਐਕਸੀਡੈਂਟ ਹੋਇਆ ਕਿੱਥੇ ਹੋਇਆ ਜੀ? ਇਹ ਐਕਸੀਡੈਂਟ ਹੋਇਆ ਜੀ ਮਸਾਣੇ ਮੇਨ ਰੋਡ ਤੇ ਹੋਇਆ, ਡੱਬਾਲੀ ਰੋਡ ਤੇ। ਇਹ ਕਾਹਦਾ ਹੋਇਆ ਜੀ? ਇਹ ਮੋਟਰਸਾਈਕਲ ਤੇ ਆ ਰਿਹਾ ਸੀਗਾ ਜੀ ਗੁਰਦਾਸ ਸਿੰਘ ਸਾਨੂੰ ਹਰਦਿਆਲ ਸਿੰਘ ਜੱਸੀ ਬਾਗ ਵਾਲੀ ਪਿੰਡ ਦੇ ਰਹਿਣ ਵਾਲੇ ਨੇ। ਇਹ ਕਿੱਥੇ ਆ ਰਿਹਾ ਸੀ ਜੀ? ਇਹ ਮੇਨ ਰੋਡ ਡੱਬਾਲੀ ਰੋਡ ਤੇ ਆ ਰਹੇ ਸੀਗੇ ਮਸਾਣਾ ਪਿੰਡ ਦੇ ਨਜ਼ਦੀਕ। ਕਾਹਦੇ ਲਿਆਏ ਜੀ? ਇਹ ਟਰੱਕ ਦੇ ਟਾਇਰਾਂ ਤੇ ਲਿਆਏ ਜੀ, ਘੋੜਾ ਟਰਾਲਾ ਹੈਗਾ। ਘੋੜੇ ਟਰਾਲੇ ਵਾਲਾ ਮੌਕਾ ਤੋਂ ਭੱਜ ਗਿਆ ਜੀ, ਹੈ ਨੀ ਗਾ, ਅਸੀਂ ਘੋੜੇ ਟਰਾਲੇ ਨੂੰ ਕਬਜ਼ੇ 'ਚ ਲੈ ਲੈਂਦੇ ਹਾਂ। ਠੀਕ ਹੈ, ਅਤੇ ਜਿਹੜੀ ਬਣਦੀ ਕਾਰਵਾਈ ਆ ਉਹ ਅਮਲ 'ਚ ਲਿਆਂਦੀ ਜਾ। ਮੌਤ ਹੋ ਗਈ ਜੀ ਕਿ ਹੋਈ ਨਹੀਂ ਜੀ? ਕਾਰਵਾਈ ਕਰਾਂਗੇ ਜੀ, ਜਾ ਕੇ ਹੁਣ ਇੱਕ ਵਾਰੀ ਡੈੱਡ ਬੋਡੀ ਭੇਜੀ ਹੈ ਸਿਵਲ ਹੋਸਪਿਟਲ। ਠੀਕ ਹੈ ਜੀ, ਠੀਕ ਹੈ। ਅਤੇ ਵਾਰਸ ਆ ਜਾਂਦੇ ਉਹਨਾਂ ਦੇ ਮਦਾਈ ਦੇ ਬਿਆਨਾਂ ਅਤੇ ਵਾਰਸਾਂ ਦੇ ਬਿਆਨ ਲਿਖ ਕੇ ਨਾ ਅਗਲੀ ਕਾਰਵਾਈ ਆਉਂਦੀ ਲਿਆਂਦੀ। ਠੀਕ ਹੈ ਜੀ। ਰੇ ਸਿੰਘ ਜੀ, ਜੋ ਇੱਥੇ ਇੰਸੀਡੈਂਟ ਹੋਇਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਇਹ ਤਕਰੀਬਨ ਘੰਟਾ ਕੁ ਪਹਿਲਾਂ ਜੀ ਆਪਣਾ ਇੱਕ ਜੱਸੀ ਬਾਗ ਵਾਲੇ ਤੋਂ ਉਹਦਾ ਪੇਸ਼ੈਂਟ ਸੀਗਾ ਏਮਜ਼ ਦੇ ਵਿੱਚ, ਰੋਟੀ ਫੜਾਉਣ ਚੱਲਿਆ ਸੀ ਉਹਦੀ ਮੋਟਰਸਾਈਕਲ 'ਤੇ, ਗੁਰਦਾਸ ਸਿੰਘ ਨਾਂ ਸੀ ਉਹਦਾ। ਇੱਥੇ ਮਛਾਣੇ ਬੱਸ ਸਟੈਂਡ 'ਤੇ ਆ ਕੇ ਉਹ ਘੋੜੇ ਦੀ ਅਤੇ ਹੋਰ ਗੱਡੀ ਦੀ ਫੇਟ ਵੱਜੇ ਅਤੇ ਘੋੜੇ ਦੇ ਥੱਲੇ ਆ ਗਿਆ ਜੀ, ਜਿਹਦੀ ਮੌਕੇ 'ਤੇ ਮੌਤ ਹੋ ਗਈ ਜੀ। ਡੈੱਡ ਬੋਡੀ ਕੱਢ ਕੇ ਸਰਕਾਰੀ ਹਸਪਤਾਲ ਬਠਿੰਡੇ ਭੇਜਤੀ। ਜੋ ਜਾਮ ਜੂਮ ਵਗੈਰਾ ਲੱਗੇ ਸੀ ਉਹਦੇ? ਜਾਮ ਖੜਾਤਾ ਜੀ, ਜਾਮ ਕਾਫੀ ਲੱਗ ਗਿਆ, ਜਾਮ ਕਲੀਅਰ ਕਰਤਾ। ਹਸਪਤਾਲ ਦੇ ਵਿੱਚ ਦਾਖਲ ਆਪਣੇ ਰਿਸ਼ਤੇਦਾਰ ਨੂੰ ਰੋਟੀ ਦੇਣ ਜਾ ਰਹੇ ਇੱਕ ਸ਼ਖਸ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤਾਂ ਟਰੱਕ ਅਤੇ ਬਾਈਕ ਦੀ ਜ਼ਬਰਦਸਤ ਟੱਕਰ ਹੋਈ ਜਿਸ ਦੇ ਵਿੱਚ ਬਾਈਕ ਸਵਾਰ ਦੇ ਸਿਰ ਦੇ ਉੱਪਰੋਂ ਹੀ ਇਹ ਟਰੱਕ ਨਿਕਲ ਜਾਂਦਾ ਜਿਸ ਦੇ ਕਾਰਨ ਕਿਹਾ ਜਾ ਰਿਹਾ ਹੈ ਕਿ ਵਿਅਕਤੀ ਦੀ ਮੌਤ ਹੋ ਗਈ ਹੈ। ਹਾਲਾਂਕਿ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇਹ ਸ਼ਖਸ ਆਪਣੇ ਕਿਸੇ ਰਿਸ਼ਤੇਦਾਰ ਨੂੰ ਜੋ ਕਿ ਹਸਪਤਾਲ ਦੇ ਵਿੱਚ ਦਾਖਲ ਸੀ ਉਸ ਨੂੰ ਰੋਟੀ ਦੇਣ ਜਾ ਰਿਹਾ ਸੀ ਪਰ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨੇ ਉਸ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਬਠਿੰਡਾ ਤੋਂ ਇਹ ਦਰਦਨਾਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਹਸਪਤਾਲ ਦੇ ਵਿੱਚ ਆਪਣੇ ਰਿਸ਼ਤੇਦਾਰ ਨੂੰ ਰੋਟੀ ਦੇਣ ਜਾ ਰਹੇ ਇੱਕ ਸ਼ਖਸ ਦੀ ਮੌਤ ਹੋ ਗਈ। ਫਿਲਹਾਲ ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਬਠਿੰਡਾ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਐਕਸੀਡੈਂਟ ਹੋਇਆ ਕਿੱਥੇ ਹੋਇਆ ਜੀ? ਇਹ ਐਕਸੀਡੈਂਟ ਹੋਇਆ ਜੀ ਮਸਾਣੇ ਮੇਨ ਰੋਡ ਤੇ ਹੋਇਆ, ਡੱਬਾਲੀ ਰੋਡ ਤੇ। ਇਹ ਕਾਹਦਾ ਹੋਇਆ ਜੀ? ਇਹ ਮੋਟਰਸਾਈਕਲ ਤੇ ਆ ਰਿਹਾ ਸੀਗਾ ਜੀ ਗੁਰਦਾਸ ਸਿੰਘ ਸਾਨੂੰ ਹਰਦਿਆਲ ਸਿੰਘ ਜੱਸੀ ਬਾਗ ਵਾਲੀ ਪਿੰਡ ਦੇ ਰਹਿਣ ਵਾਲੇ ਨੇ। ਇਹ ਕਿੱਥੇ ਆ ਰਿਹਾ ਸੀ ਜੀ? ਇਹ ਮੇਨ ਰੋਡ ਡੱਬਾਲੀ ਰੋਡ ਤੇ ਆ ਰਹੇ ਸੀਗੇ ਮਸਾਣਾ ਪਿੰਡ ਦੇ ਨਜ਼ਦੀਕ। ਕਾਹਦੇ ਲਿਆਏ ਜੀ? ਇਹ ਟਰੱਕ ਦੇ ਟਾਇਰਾਂ ਤੇ ਲਿਆਏ ਜੀ, ਘੋੜਾ ਟਰਾਲਾ ਹੈਗਾ। ਘੋੜੇ ਟਰਾਲੇ ਵਾਲਾ ਮੌਕਾ ਤੋਂ ਭੱਜ ਗਿਆ ਜੀ, ਹੈ ਨੀ ਗਾ, ਅਸੀਂ ਘੋੜੇ ਟਰਾਲੇ ਨੂੰ ਕਬਜ਼ੇ 'ਚ ਲੈ ਲੈਂਦੇ ਹਾਂ। ਠੀਕ ਹੈ, ਅਤੇ ਜਿਹੜੀ ਬਣਦੀ ਕਾਰਵਾਈ ਆ ਉਹ ਅਮਲ 'ਚ ਲਿਆਂਦੀ ਜਾ। ਮੌਤ ਹੋ ਗਈ ਜੀ ਕਿ ਹੋਈ ਨਹੀਂ ਜੀ? ਕਾਰਵਾਈ ਕਰਾਂਗੇ ਜੀ, ਜਾ ਕੇ ਹੁਣ ਇੱਕ ਵਾਰੀ ਡੈੱਡ ਬੋਡੀ ਭੇਜੀ ਹੈ ਸਿਵਲ ਹੋਸਪਿਟਲ। ਠੀਕ ਹੈ ਜੀ, ਠੀਕ ਹੈ। ਅਤੇ ਵਾਰਸ ਆ ਜਾਂਦੇ ਉਹਨਾਂ ਦੇ ਮਦਾਈ ਦੇ ਬਿਆਨਾਂ ਅਤੇ ਵਾਰਸਾਂ ਦੇ ਬਿਆਨ ਲਿਖ ਕੇ ਨਾ ਅਗਲੀ ਕਾਰਵਾਈ ਆਉਂਦੀ ਲਿਆਂਦੀ। ਠੀਕ ਹੈ। ਰੇ ਸਿੰਘ ਜੀ, ਜੋ ਇੱਥੇ ਇੰਸੀਡੈਂਟ ਹੋਇਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ?
ਇਹ ਤਕਰੀਬਨ ਘੰਟਾ ਕੁ ਪਹਿਲਾਂ ਜੀ ਆਪਣਾ ਇੱਕ ਜੱਸੀ ਬਾਗਲ ਤੋਂ ਉਦੋਂ ਪੇਸ਼ੈਂਟ ਸੀਗਾ ਏਮਜ਼ ਦੇ ਵਿੱਚ ਰੋਟੀ ਫੜਾਉਣ ਚੱਲਿਆ ਸੀ ਮੋਟਰਸਾਈਕਲ 'ਤੇ ਜੀ, ਗੁਰਦਾਸ ਸਿੰਘ ਨਾਂ ਸੀ ਉਹਦਾ। ਇੱਥੇ ਮਛਾਣੇ ਬੱਸ ਸਟੈਂਡ 'ਤੇ ਆ ਕੇ ਉਹ ਘੋੜੇ ਦੀ ਅਤੇ ਹੋਰ ਗੱਡੀ ਫੇਟ ਵੱਜੇ ਅਤੇ ਘੋੜੇ ਦੇ ਥੱਲੇ ਆ ਗਿਆ ਜੀ, ਜਿਹਦੀ ਮੌਕੇ 'ਤੇ ਮੌਤ ਹੋ ਗਈ ਜੀ। ਡੈੱਡ ਬੋਡੀ ਕੱਢ ਕੇ ਸਰਕਾਰੀ ਹਸਪਤਾਲ ਬਦਲੇ ਭੇਜਤੇ। ਜੋ ਜਾਮ ਜੂਮ ਵਗੈਰਾ ਲੱਗੇ ਸੀ ਉਹਦੇ ਜਾਮ ਖੜਾ ਤਾ ਜੀ, ਜਾਮ ਕਾਫੀ ਲੱਗ ਗਿਆ, ਜਾਮ ਕਲੀਅਰ ਕਰਤਾ ਜੀ।